ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਤੇ ਅੱਜ ਦੇ ਪੰਜਾਬੀ ਵੀਲੌਗ ਵਿੱਚ ਸੱਜਣਾ ਮਿੱਤਰਾਂ ਭੈਣਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ ਅੱਜ ਦੀ ਗੱਲ ਹੈ 3 ਇਡੀਅਟਸ ਤਿੰਨ ਰੰਗੀਲੇ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਆਮਿਰ ਖਾਨ ਸਾਹਿਬ ਦੀ ਹਿੰਦੀ ਫੀਚਰ ਫਿਲਮ 3 ਇਡੀਅਟ ਦੀ ਗੱਲ ਕਰਨ ਲੱਗਾ ਨਹੀਂ ਇੰਜ ਨਹੀਂ ਹੈ ਫਿਰ ਤੁਸੀਂ ਸੋਚਦੇ ਹੋਵੋਗੇ ਕਿ ਮਾਜ਼ੀ ਦੇ ਮੰਨੇ ਪਰ ਮੰਨੇ ਕਾਮੇਡੀਅਨ ਫਨਕਾਰ ਮਰਹੂਮ ਰੰਗੀਲਾ ਸਾਹਿਬ ਦੀ ਫਿਲਮ ਜਿਹੜੀ ਦੋ ਰੰਗੀਲੇ ਸੀ ਉਦੇ ਨਾਲ ਰਲਦੀ ਮਿਲਦੀ ਕੋਈ ਗੱਲ ਕਰ ਰਿਆ ਹੋਵਾਂਗਾ ਨਹੀਂ ਇੰਜ ਵੀ ਨਹੀਂ ਹੈ ਇਹ ਜਿਹੜੇ 3 ਈਡੀਅਟਸ ਨੇ ਜਾਂ ਤਿੰਨ ਰੰਗੀਲੇ ਨੇ ਇਹ ਸਾਡੇ ਸਹਾਫਤੀ ਦੋਸਤ ਨੇ ਮੈਨੂੰ ਉਮੀਦ ਹੈ ਕਿ ਇਹ ਗੁੱਸਾ ਨਹੀਂ ਕਰਨਗੇ ਇਸ ਟਾਪਿਕ ਦੇ ਉੱਤੇ ਕਿਉਂਕਿ ਆਪ ਆਜ਼ਾਦੀ ਐ اظہار رائے ਤੇ ਯਕੀਨ ਰੱਖਦੇ ਨੇ ਆਂਦੇ ਨੇ ਖੁੱਲ ਢੁੱਲ ਕੇ ਗੱਲ ਕਰੋ ਆਜ਼ਾਦੀ ਐ ਸਾਰਿਆਂ ਨੂੰ ਗੱਲ ਕਰਨ ਦੀ ਇਹ ਮੈਂ ਗੱਲ ਕਰਨ ੜਿਆ ਜਨਾਬ ਸੁਹੇਲ ਵੜਾਈਚ ਸਾਹਿਬ ਜਨਾਬ ਇਰਫਾਨ صدیਕੀ ਸਾਹਿਬ ਤੇ ਸਾਡੀ ਭੈਣ ਆਸਮਾ ਸ਼ਿਰਾਜ਼ੀ ਸਾਹਿਬਾ ਦੀ ਇਹ ਤਿੰਨ ਉਹ ਰੰਗੀਲੇ ਨੇ ਜਾਂ ਤਿੰਨ ਉਹ ਈਡੀਅਟ ਨੇ ਜਿਨ੍ਹਾਂ ਨੇ ਲੰਡਨ ਚ ਜਾ ਕੇ ਨਵਾਸ਼ ਸ਼ਰੀਫ ਸਾਹਿਬ ਨੂੰ ਉਹ ਸੌਦਾ ਵੇਚਿਆ ਜਿਹਦੀ ਨਾ ਮਾਰਕੀਟ ਚ ਡਿਮਾਂਡ ਸੀ ਤੇ ਨਾ ਹੀ ਉਹ ਸੌਦਾ ਕੋਈ ਖਰੀਦਣ ਵਾਲਾ ਸੀ ਵੱਡੀ ਭੂਆ ਨੇ ਇਹਨਾਂ ਤਿੰਨਾਂ ਨੂੰ ਚੁਕਿਆ ਤੇ ਵੱਡੀ ਭੂਆ ਮਤਲਬ ਵੱਡੀ ਫੁੱਫੋ ਇਹ ਸਾਡੀ ਪੰਜਾਬੀ ਜਿਹੜੀ ਹੈ ਅੰਮ੍ਰਿਤਸਰ ਤੋਂ ਜਿਹੜੇ ਲੋਕ ਆਏ ਨੇ ਉਹ ਭੂਆ ਕਹਿੰਦੇ ਨੇ ਫੁੱਫੋ ਨੂੰ ਤੇ ਵੱਡੀ ਭੂਆ ਜਿਹੜੀ ਹੈ ਉਦੇ ਆਖਣ ਦੇ ਉੱਤੇ ਇਹਨਾਂ ਜਾ ਕੇ ਨਵਾਸ਼ੀਬ ਸਾਹਿਬ ਨੂੰ ਇੰਜ ਸ਼ੀਸ਼ੇ ਚ ਉਤਾਰਿਆ ਇੰਜ ਸੌਦਾ ਵੇਚਿਆ ਉਹਨਾਂ ਨੂੰ ਦੱਸਿਆ ਕਿ ਜਨਾਬ ਜਿਹੜੀ ਮੁਖ ਓਹੋ ਮੇਰੇ ਮੂੰਹ ਚ ਫਸ ਜਾਂਦਾ ਇੱਕ ਤੇ ਲਫ਼ਜ਼ ਮੁਖਤਦਰਾ ਹਾਂਜੀ ਇਹ ਸੁਹੇਲ ਬੜਾਈ ਸਾਹਿਬ ਇਹ ਜਿਹੜਾ ਨਾ ਮੁਖਤਦਰਾ ਇਹ ਮਾਦਰ ਚਾਨਾ ਜਦੋਂ ਮੇਰੇ ਮੂੰਹ ਚ ਫਸ ਕੇ ਨਿਕਲਦਾ ਹੈ ਲਫ਼ਜ਼ ਇਹ ਮੁਖਤਦਰਾ ਵੱਡੀ ਭੂਆ ਦੀ ਗੱਲ ਹੋ ਰਹੀ ਵੱਡੀ ਫੁੱਫੋ ਦੀ ਗੱਲ ਹੋ ਰਹੀ ਹੈ ਇਹ ਮੁਖਤਦਰਾ ਉਹ ਜਿਹੜਾ ਸੁਹੇਲ ਬੜਾਈ ਸਾਹਿਬ ਜਿਹੜੇ ਨਾ ਔਖਾ ਜਿਹਾ ਨਾਂ ਤਾਂ ਕਿ ਮਾੜਾ ਬੰਦਾ ਨਾਂ ਵੀ ਨਾ ਲੈ ਸਕੇ ਬਾਕੀ ਤੇ ਉਹਨਾਂ ਨੂੰ ਕੀ ਆਖਣਾ ਨਾ ਹੀ ਨਾ ਲੈ ਸਕੋ ਉਹਨਾਂ ਦਾ ਚੌਧਰੀ ਨizamuddin ਸਾਹਿਬ ਦਾ ਜੇ ਸਟੈਬਲਿਸ਼ਮੈਂਟ ਦਾ ਨਾਮ ਲਵੋਗੇ ਤੇ ਗੱਲ ਗਾਂ ਤੁਰੇਗੀ ਨਾ ਤੇ ਸੁਹੇਲ ਬੜਾਈ ਸਾਹਿਬ ਨੇ ਨਾ ਹੀ ਭੂਆ ਦਾ ਐਡਾ ਔਖਾ ਰੱਖਿਆ ਭੂਆ ਵੀ ਉਹ ਜਿਹੜੀ ਉੱਤੋਂ ਤੁਹਾਡੀ ਸੱਸ ਵੀ ਹੋਵੇ ਤੇ ਅੱਬੇ ਤੋਂ ਕੋਈ 10 ਸਾਲ ਵੱਡੀ ਵੀ ਹੋਵੇ ਤੇ ਤੁਸੀਂ ਫਿਰ ਆਪੇ ਹੀ ਸਮਝ ਆ ਲੋਗੇ ਤੁਹਾਡੇ ਨਾਲ ਫਿਰ ਬਣਨੀ ਕੀ ਹੈ ਉਸ ਤੋਂ ਬਾਅਦ ਤੇ ਸੁਹੇਲ ਬੜਾਈ ਸਾਹਿਬ ਨੇ ਜਾ ਕੇ ਨਵਾਸ਼ਦੀਵ ਸਾਹਿਬ ਨੂੰ ਦੱਸਿਆ ਕਿ ਇਨੀ ਕੋਟ ਪਿੰਨ ਕਰ ਦੇਣੀ ਹੈ ਮੁਖਤਦਰਾ ਨੇ ਵੱਡੀ ਭੂਆ ਨੇ ਇਮਰਾਨ ਖਾਨ ਸਾਹਿਬ ਉਹਨਾਂ ਦੀ ਪਾਰਟੀ ਦੀ ਔਰ ਆਮ ਆਵਾਮ ਦੀ ਉਹਨਾਂ ਦੇ ਲੰਮੇ ਪਏ ਸੈਕ ਦੇ ਹੋਣਾ ਹੈ ਉਹਨਾਂ ਕੋਲੋਂ ਤੇ ਕੁਝ ਹੋਣਾ ਨਹੀਂ ਤੇ ਬਿਆਨੀਆਂ ਬਣਾਉਣ ਵਾਲੇ ਕਮਿਆਰ ਅਸੀਂ ਆਂ ਮਤਲਬ ਹੈ ਜਿਹੜੇ ਤਿੰਨੋ ਈਡੀਅਟ ਗਏ ਸਨ ਇਹਨਾਂ ਲੰਡਨ 'ਚ ਮੁਲਾਕਾਤਾਂ ਕੀਤੀਆਂ ਮੁਲਾਕਾਤਾਂ ਵੀ ਇੱਥੇ ਨਹੀਂ ਹੋਈਆਂ ਉੱਥੇ ਜਾ ਕੀਤੀਆਂ ਵਲੈਚ 'ਚ ਇਹਨਾਂ ਉੱਥੇ ਮੁਲਾਕਾਤਾਂ ਕਰਕੇ ਆਖਿਆ ਕਿ ਜਨਾਬ ਅਸੀਂ ਬਿਆਨੀਆ ਵਾਲੇ ਕਮਿਆਰ ਹੈ ਹੁਣ ਕਮਿਆਰ ਜਿਹੜਾ ਉਹ ਬਹੁਤ عظیم ਪੇਸ਼ਾ ਹੈ ਭਾਂਡੇ ਬਣਾਉਂਦਾ ਜਿਹਦੇ ਚ ਅਸੀਂ ਖਾਣੇ ਪੀਣੇ ਕੋਈ ਇਹ ਉਹਨਾਂ ਦਾ ਕੋ ਡੈਰੋਗੇਟਰੀ ਵੇ ਨਾਲ ਜ਼ਿਕਰ ਨਹੀਂ ਹੋ ਰਿਹਾ ਸਾਡੇ ਸੱਜਣ ਨੇ ਮਿੱਤਰ ਨੇ ਭਰਾ ਨੇ ਸਾਰੇ ਕਮਿਆਰ ਸਾਡੇ ਸਾਡੇ ਅਰਗੇ ਹੀ ਨੇ ਓਡੇ ਹੀ ਉੱਚੇ ਸ਼ਾਨਾਂ ਵਾਲੇ ਉਹ ਨੇ ਜਿੱਡੇ ਅਸੀਂ ਹੈ ਮੈਂ ਤੇ ਸਾਰਿਆਂ ਨੂੰ ਬਰਾਬਰ ਸਮਝਣ ਵਾਲਾ ਬੰਦਾ ਬਹਰਾਲ ਜਿਹੜੇ ਜਿਸ ਤਰ੍ਹਾਂ ਕਮਿਆਰ ਸੋਨਾ ਸੁਨੱਖਾ ਕੰਮ ਕਰਦਾ ਹੈ ਕਿ ਜਿਹੜੀ ਮਿੱਟੀ ਹੁੰਦੀ ਹੈ ਅੰਗਰੇਜ਼ੀ ਚ ਕਲੇ ਆਖਦੇ ਨੇ ਉਹਨੂੰ ਉਹਦੇ ਨਾਲ ਜਿਵੇਂ ਉਹ ਆਪਣੇ ਆਪਣੇ ਜਿਹੜੇ ਨਫੀਸ ਹੱਥ ਲਾ ਕੇ ਬੜੇ ਕੁਲੇ ਤਰੀਕੇ ਨਾਲ ਭਾਂਡੇ ਨੂੰ ਸ਼ਕਲ ਦਿੰਦਾ ਮਿੱਟੀ ਨੂੰ ਭਾਂਡੇ ਦੀ ਸ਼ਕਲ ਦੇ ਵਿੱਚ ਢਾਲ ਦਿੰਦਾ ਹੈ ਤਾਂ ਕਿ ਅਸੀਂ ਉਹਨੂੰ ਇਸਤੇਮਾਲ ਕਰ ਸਕੀਏ ਤੇ ਆਪਣਾ ਆਪਣੇ ਘਰਾਂ ਦੇ ਵਿੱਚ ਸ਼ਿੰਗਾਰ ਕੇ ਵੀ ਰੱਖ ਸਕੀਏ ਉਹਨਾਂ ਨੂੰ ਇਸੇ ਤਰੀਕੇ ਨਾਲ ਇਹਨਾਂ ਆਪਣੇ ਆਪ ਨੂੰ ਜਾ ਕੇ ਪੇਸ਼ ਕੀਤਾ ਨਵਾਸ਼ ਸ਼ਰੀਫ ਸਾਹਿਬ ਨੂੰ ਕਿ ਜਨਾਬ ਅਸੀਂ ਬਿਆਨੀਆਂ ਬਣਾਉਣ ਵਾਲੇ ਕਮਿਆਰ ਹੈ ਬਿਆਨੀਆਂ ਅਸੀਂ ਬਣਾਵਾਂਗੇ ਕੁੱਟਪਿੰਸਾਰੀ ਮੁਖਤਦਰਾ ਵੱਡੀ ਪੂਆ ਕਰੇਗੀ ਇਹ ਮੁਖਤਦਰਾ ਮੇਰੇ ਕੋਲ ਔਖਾ ਆਖਿਆ ਜਾਂਦਾ ਇਸ ਲਈ ਮਾਇਨ ਨਾ ਕਰਨਾ ਐਵੇਂ ਗੁੱਸੇ 'ਚ ਨਾ ਆਣਾ ਇਹ ਬ੍ਰਹੀ ਗੱਲ ਬਿਆਨ ਜਿਹੜੀ ਆਵਾਮ ਦੇ ਵਿੱਚ ਮਕਬੂਲੀਅਤ ਦੀ ਤੇ ਉਹ ਤੁਸੀਂ ਥੋੜੀਆਂ ਜੀਆਂ ਗੱਲਾਂ ਲਾਲ ਕਰਕੇ ਜਿਸ ਵੇਲੇ ਗੁਜਰਾ ਆਲੇ ਤੁਸੀਂ ਖਲੋ ਕੇ ਕਹਿਣਾ ਡੂ ਯੂ ਲਵ ਮੀ ਆਈ ਲਵ ਯੂ ਟੂ ਔਰ ਤੁਸਾ ਹਵਾਈ ਚੁੰਮੀ ਸੁੱਟਣੀ ਐ ਇੱਕ ਵਾਰਾਂ ਜਿਹਨੂੰ ਫਰੈਂਚ ਫਲਾਈਂਗ ਕਹਿੰਦਾ ਨੇ ਹਵਾਈ ਚੁੰਮੀ ਤੁਸੀਂ ਜਿਸ ਵੇਲੇ ਸੁੱਟਣੀ ਆ ਆਪਣੇ ਵੋਟਾਂ ਟ੍ਰਾਂਸਪੋਰਟਰਾਂ ਦੇ ਉੱਤੇ ਤੇ ਖਲਕਤ ਤੇ ਪਰੇਸ਼ਾਨ ਹੋ ਕੇ ਤੁਹਾਡੇ ਵੱਲ ਨੂੰ ਆ ਜਾਣਾ ਤੇ ਮਕਬੂਲੀ ਮਕਬੂਲ ਤੇ ਜਨਾਬ ਸਵਾਰੀ ਲੱਬੇ ਨਾ ਲੱਬੇ ਸਪੀਡ 190 ਹੋ ਜਾਣੀ ਆਪਣੀ ਇਹ ਗੱਲ ਕਹਿ ਕੇ ਨਵਾਸ਼ਰੀ ਸਾਹਿਬ ਨੂੰ ਇਹ ਸੌਦਾ ਇਹਨਾਂ ਵੇਚਿਆ ਚੰਦਨ ਪਹਿਲਾਂ ਮੈਂ ਤੁਹਾਨੂੰ ਇੱਕ ਲਤੀਫਾ ਸੁਣਾਇਆ ਸੀ ਉਸ ਤੇ ਵਾਪਸ ਜਾਣਾ ਪੈਗਾ ਇਸ ਵੇਲੇ ਮਾਫ਼ਰਤ ਉਹ ਲਤੀਫਾ ਇਹ ਸੀ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਫਿਟਿਆ ਗਿੱਦੜ ਤੁਰਿਆ ਜਾ ਰਿਹਾ ਸੀ ਅੱਗੋਂ ਸ਼ੇਰ ਆ ਗਿਆ ਲਾਗੇ ਵਾਲਿਆਂ ਨੇ ਉਹਦੇ ਕੰਨ 'ਚ ਕੋਈ ਗੱਲ ਆਖੀ ਤੇ ਗਿੱਦੜ ਸ਼ੇਰ ਨੂੰ ਪੈ ਗਿਆ ਸ਼ੇਰ 2 4 5 ਚਪੇੜਾਂ ਮਾਰ ਕੇ ਉਹ ਮਾਰਿਆ ਗਿੱਦੜ ਜਿਹੜਾ ਉਹ ਸੜਕ ਦੇ ਕਿਨਾਰੇ ਉਹਦੇ ਵਿਚਾਰੇ ਦੇ ਲਹੂ ਲਹਾਨ ਹੋਇਆ ਫਟਿਆ ਪੁਰਾਣਾ ਪਿਆ ਹੋਇਆ ਉੱਥੇ ਨਵਾਸ਼ੀਬ ਸਾਹਿਬ ਹੁਣੀ ਜਿਵੇਂ ਪਏ ਨੇ ਇਸ ਵੇਲੇ ਤੇ ਲਾਗੋਂ ਇੱਕ ਨੰਗਣ ਵਾਲੇ ਬੰਦੇ ਨੇ ਮੌਲਵੀ ਫਜ਼ਲੁਰ रहमान ਅਰਗੇ ਨੇ ਪੁੱਛਿਆ ਵੀ ਭਾਈ ਤੈਨੂੰ ਕੀ ਹੋਇਆ ਨਵਾਸ਼ੀਬ ਸਾਹਿਬ ਨੂੰ ਪੁੱਛਿਆ ਗਿੱਦੜ ਨੂੰ ਪੁੱਛਿਆ ਵੀ ਭਾਈ ਤੈਨੂੰ ਕੀ ਹੋਇਆ ਕਿਉਂ ਪਿਆ ਇੰਜ ਕਿਉਂ ਖੂਨੋ ਖੂਨੋ ਹੈ ਕਿੰਨੇ ਤੇਰੇ ਨਾਲੇ ਕਰ ਛੜਿਆ ਉਹਨੇ ਆਖਿਆ ਯਾਰ ਗੱਲ ਏਕ ਨਾ ਮੇਰੀਆਂ ਅੱਖਾਂ ਚ ਖੂਨ ਉਤਰਿਆ ਸੀ ਨਾ ਮੇਰੇ ਜੁੱਸੇ ਤੇ ਲੂਈ ਕੰਡੇ ਖਲੋਤੇ ਸਨ ਵਾਲ ਖਲੋਣੇ ਜਿਹੜੇ ਜਿਹੜੇ ਲੜਦੇ ਨੇ ਸ਼ਿਕਾਰੀ ਤੇ ਉਹਨਾਂ ਦੇ ਵਾਲ ਖਲੋ ਜਾਂਦੇ ਨੇ ਨਾ ਜਾਨਵਰਾਂ ਦੇ ਉਹਨਾਂ ਕਿਹਾ ਨਾ ਲੂਈ ਕੰਡੇ ਖਲੋਤੇ ਸਨ ਬਸ ਲਾਗਲੇ ਚਾਗਲਿਆਂ ਨੇ ਗੱਲ ਕਰਕੇ ਤੜਾ ਕੇ ਮਰਵਾ ਦਿੱਤਾ ਐਨ ਉਹੀ ਕੰਮ ਇਹਨਾਂ 3 ਈਡੀਅਟਸ ਤੇਨ ਰੰਗੀਲਿਆਂ ਨੇ ਕੀਤਾ ਨਵਾਜ਼ ਸ਼ਰੀਫ ਸਾਹਿਬ ਨੂੰ ਤੜਾਇਆ ਉਹਨਾਂ ਨੂੰ ਦੱਸਿਆ ਕਿ ਜਨਾਬ ਇਮਰਾਨ ਖਾਨ ਤੇ ਬੜਾ ਗੈਰ ਮਕਬੂਲ ਹੋ ਜਾਣਾ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੁਖਤਦਰਾ ਨੇ ਉਹਨਾਂ ਨੂੰ ਪਾ ਦੇਣਾ ਲੰਮਿਆਂ ਮਾਰਕੁਟਾਈ ਬਹੁਤ ਜ਼ਿਆਦਾ ਹੋ ਜਾਣੀ ਆਵਾਮ ਨੇ ਹੋ ਜਾਣਾ ਪਰੇਸ਼ਾਨ ਡਰ ਜਾਣਾ ਪਿਛਾਂ ਚਲੇ ਜਾਣਾ ਤੇ ਜਨਾਬ ਦੀ ਜਿਹੜੀ ਬਿਆਨੀਆਂ ਉਹ ਸੰਭळा ਕੱਢਣਾ ਤੇ ਜਨਾਬ ਤੇ ਫਿਰ ਅઠੋ ਅਠ ਨੇ ਉੱਥੇ ਜਾ ਕੇ ਜਿਸਨਾ ਮੈਂ ਗੁਜਰਾ ਵਾਲੇ ਵਾਲੀ ਗੱਲ ਦੱਸੀ ਹੈ ਤੇ ਨਾਲ ਉਹਨਾਂ ਨੂੰ ਆਖਿਆ ਫੈਸਲਾਬਾਦ ਜਾ ਕੇ ਦੱਸੋ ਵੀ ਇੱਕ ਖੱਬੇ ਤੇ ਸੱਜੇ ਤੇ ਇੱਕ ਉੱਤੋਂ ਤੇ ਇੱਕ ਥੱਲੇੋਂ ਤੇ ਇੱਕ ਮੈਂ ਵਿਚੋਂ ਦੀ ਮੋਟਰਵੇ ਕੱਢ ਦੇਣੀ ਹੈ ਜਿਸ ਵੇਲੇ ਤੁਸੀਂ ਵਿਚੋਂ ਦੀ ਗੱਡੀ ਨਾ ਤਲੂਸੀ ਲੋਕਾਂ ਦੇ ਦਿਲਾਂ ਦੇ ਵਿੱਚੋਂ ਦੀ ਲੰਘ ਜਾਣਾ ਮੀਆਂ ਸਾਹਿਬ ਤੇ ਫਿਰ ਕਹਾਣੀ ਫਿੱਟ ਹੋ ਜਾਣੀ ਹੈ ਤੇ ਤੁਸੀਂ ਔਰ ਤੁਹਾਡੇ ਵੋਟਰ ਨੇ ਟੱਚ ਬਟਨਾਂ ਦੀ ਜੋੜੀ ਬਣ ਜਾਣਾ ਜਿਨ੍ਹਾਂ ਨੂੰ ਫਿਰ ਮੁਖਤਧਰਾ ਕੋਲੋਂ ਵੀ ਕੱਲਿਆ ਕੱਲਿਆ ਨਹੀਂ ਕੀਤਾ ਜਾਣਾ ਅਲੱਗ-ਅਲੱਗ ਨਹੀਂ ਕੀਤਾ ਜਾਣਾ ਤੇ ਆਓ ਤੇ ਅਸੀਂ ਜਨਾਬ ਮਿੱਟੀ ਗੁੰਨ ਲਈ ਹੈ ਤੇ ਤੁਹਾਡਾ ਅਸੀਂ ਬਿਆਨੀਆਂ ਬਣਾ ਲੈਨੇ ਚੰਦ ਸਟੇਟਮੈਂਟਾਂ ਮੈਂ ਤੁਹਾਡੇ ਸਾਹਮਣੇ ਰੱਖਣਾ ਆਪਣੇ ਇਹਨਾਂ ਸੱਜਣਾ ਦੀਆਂ जनाब चौधरी सोहेल बड़ाई साहब ਉਹਨਾਂ ਦਾ ਮੈਂ ਬੜਾ ਜ਼ਾਤੀ ਤੌਰ ਤੇ ਸਹਾਫਤ ਤੋਂ ਅਲਾਵਾ ਇhtਰਾਮ ਕਰਦਾ ਮੇਰੀ ਬਰਾਦਰੀ ਨੇ ਉਸ ਵਜ੍ਹਾ ਤੋਂ ਮੇਰੇ ਲਈ ਕਾਬਲੇ ਇhtਰਾਮ ਨੇ ਪਰ ਸਹਾਫਤ ਚ ਆਪਣੀ ਆਪਣੀ ਗੱਲ ਹੈ ਉਹਨਾਂ ਕੀਤੀ ਹੈ ਤੇ ਉਹਨਾਂ ਤਜਰੀਆ ਤੇ ਕਰਨਾ ਪੈਣਾ ਕਿਉਂਕਿ ਸਾਡਾ ਬੇੜਾ ਗਰ ਕਰਨ ਜਿੱਤੇ ਉਹਨਾਂ ਕੋਈ ਕਸਰ ਨਹੀਂ ਛੱਡੀ ਇਹ ਝੂਠਾ ਬਿਆਨੀਆਂ ਵੇਚਣ ਉਹਨਾਂ ਇੱਕ ਬਿਆਨ ਦਿੱਤਾ ਇਹ ਉਰਦੂ ਚ ਵਿਖਾਉਣੇ ਪੈ ਰਹੇ ਨੇ ਕਿਉਂਕਿ ਉਰਦੂ ਚ ਹੀ ਉਹ ਬਿਆਨ ਦਿੰਦੇ ਨੇ ਉਹ ਤੇ ਪੰਜਾਬੀ ਬੋਲਦੇ ਕੋਈ ਨਹੀਂ ਇਨਸਾਫ ਜਿਹੜਾ ਹੈ ਨਾ ਜੀ ਉਹਨੂੰ ਤਰੀਕੇ ਇਨਸਾਫ ਨੂੰ ਇੰਤਖਾਬਾਤ ਦੇ ਵਿੱਚ ਲੈਵਲ ਫਲੀ ਪਲੇਇੰਗ ਫੀਲਡ ਮਿਲਦਾ ਕੋਈ ਈਮਕ ਪਟੀ ਦੇ ਜਿਹੜੇ ਕਾਰਕਨ ਨੇ ਉਹਨਾਂ ਦੇ ਫੌਜੀ ਟ੍ਰਾਇਲ ਹੋਣੇ ਨੇ ਖੌਫ ਔਰ ਨਾਉਮੀਦੀ ਫੈਲਣੀ ਹੈ ਤੇ ਵੋਟਰ ਬਾਹਰ ਕੋਈ ਨਹੀਂ ਆਉਣਾ ਇਹ ਇਹਨਾਂ ਸਿਰ ਮੀਆਂ ਸਾਹਿਬ ਨੂੰ ਦੋ ਉੱਥੇ ਵੇਚ ਆਏ ਸਨ ਫਿਰ ਇਹਨਾਂ ਨੇ ਸਾਨੂੰ ਵੇਚਿਆ ਸਾਰਿਆਂ ਨੂੰ ਤੁਹਾਨੂੰ ਸਾਨੂੰ ਤਾਂ ਕਿ ਡਰ ਜਾਣ ਲੋਕੀ ਮਾਹੌਲ ਬਣ ਜਾਏ ਔਰ ਇਹ ਆਪਣਾ ਸੌਦਾ ਵੇਚ ਲੈਣ ਜਿਹੜਾ ਇਹਨਾਂ ਨੇ ਮੀਆਂ ਸਾਹਿਬ ਨਾਲ ਰਲ ਕੇ ਵੇਚਣਾ ਫਿਰ ਇਹਨਾਂ ਆਖਿਆ ਫੇਸਬੁੱਕ ਔਰ ਟਵਿੱਟਰ ਤੇ ਤੇ ਬੜੇ ਐਕਟਿਵ ਨੇ ਲੇਕਿਨ ਬਾਹਰ ਨਹੀਂ ਨਿਕਲਦੇ ਨਾ ਇਹਨਾਂ ਬਾਹਰ ਨਿਕਲਣਾ ਇਮਰਾਨ ਖਾਨ ਵਾਲਿਆਂ ਨੇ ਇਹ ਮੈਦਾਨ ਚਾੜਨ ਨੂੰ ਤਿਆਰ ਨਹੀਂ ਨਾ ਇਹਨਾਂ ਨੇ ਆਣਾ ਇਸ ਲਈ ਇੱਥੇ ਕੁਝ ਨਹੀਂ ਹੋ ਸਕਣਾ ਇੱਥੇ ਨਵਾਜ਼ ਸ਼ਰੀਫ ਸਾਹਿਬ ਨੇ ਜਿੱਤਣਾ ਫਿਰ ਨਾ ਆਖਿਆ ਕਿ ਜਿਸ ਤਰ੍ਹਾਂ ਮਾਮਲਾ ਵੱਡੀ ਭੂਆ ਮੁਖਤਦਰਾ ਮੈਨੇਜ ਕਰ ਰਹੀ ਹੈ ਨਾ ਉਸ ਤਰ੍ਹਾਂ ਪੀਟੀਆਈ ਬੜੀ ਕਮਜ਼ੋਰ ਹੋ ਜਾਏਗੀ ਤੇ ਅੱਛੇ ਉਮੀਦਵਾਰ ਲੱਭਣੇ ਹੀ ਕੋਈ ਨਹੀਂ ਮਾੜੇ ਮਾੜੇ ਉਮੀਦਵਾਰ ਹੋਣੇ ਨੇ ਤੇ ਉਹ ਜਿੱਤੇ ਹੀ ਨਹੀਂ ਜਾਣੇ ਤੇ ਵਨ ਵੇ ਇਲੈਕਸ਼ਨ ਹੋ ਜਾਣਾ ਤੇ ਫੇਰ ਕੀ ਹੋਇਆ ਆਵਾਮ ਨੇ ਆਖਿਆ ਕਿ ਭਾਈ ਜੀ ਜਿੰਨੂੰ ਮਰਜ਼ੀ ਖਿਲਾਰਦੇ Imran Khan ਸਾਡੇ ਲੋਕ ਭਵੇਂ ਨੂੰ ਆਸ਼ੀਰਵ ਨੂੰ ਖਿਲਾਰਦੇ ਤੇ ਭਵੇਂ ਜਿੰਨੂੰ ਮਰਜ਼ੀ ਭਵੇਂ ਖੰਬੇ ਨੂੰ ਖਿਲਾਰਦੇ ਇੰਨਾ ਕਿ ਵੋਟ ਪਾਇਆ ਕਿ ਜਨਾਬ ਦੀ ਵਨਵੇ ਹੀ ਤੋੜ ਕੇ ਰੱਖ ਦਿੱਤੀ ਉਹਨਾਂ ਸੁਹੇਲ ਬੜਾਏ ਸਾਹਿਬ ਦੀ ਅੱਛਾ ਜੀ ਅੱਗੇ ਚਲੀਏ ਬੜਾਏ ਸਾਹਿਬ ਨੇ ਅੱਗੇ ਆਖਿਆ ਕਿ ਨੂਨ ਲੀਗ ਦੇ ਇੱਕ ਇਤਹਾਦੀ ਨੇ ਅੰਦਰ ਦਾ ਹਾਲ ਦੱਸਿਆ ਅੰਦਰ ਦੀਆਂ ਖਬਰਾਂ ਵੀ ਦਿੰਦੇ ਸਣ ਸਾਨੂੰ ਉਹਨਾਂ ਦੱਸਿਆ ਕਿ ਗੈਰ ਮਾਮੂਲੀ ਤੌਰ ਤੇ ਇੱਕ ਵੱਡਾ ਸਰਵੇ ਕਰਵਾਇਆ ਵੱਡਾ ਸਾਰਾ ਜਿੱਡਾ ਸਾਰਾ ਮੇਰਾ ਤੇ ਸੁਹੇਲ ਬੜਾਈ ਸਾਹਿਬ ਦਾ ਮੂੰਹ ਹੈ ਨਾ ਜਿਹੜਾ ਜਿਹੜਾ ਵੱਡਾ ਓਡਾ ਵੱਡਾ ਸਰਵੇ ਉਹਨਾਂ ਨੇ ਆਖਿਆ ਵੀ ਅਸੀਂ ਕਰਵਾਇਆ ਉਹਨਾਂ ਆਖਿਆ ਜੀ ਮਜਬੂਰੀ ਤੌਰ ਤੇ ਨੂਨ ਲੀਗ ਦੇ ਤਰੀਕੇ ਇਨਸਾਫ ਤੋਂ 5 ਫੀਸਦੀ ਵੋਟ ਅਗੇ ਨੇ ਓਹੋ ਹੋ 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 ਅੱਛਾ ਸੋ ਇਹ ਵਡਾਈਸ ਆਵਦੀ ਖੂਬੀ ਹੈ ਕਿ ਮਾਮਲਾ ਵੇਚਦੇ ਇੰਜ ਨੇ ਜੇ ਇੱਥੇ 50% ਕਹਿੰਦੇ ਤੁਸੀਂ ਮੰਨਣਾ ਨਹੀਂ ਸੀ ਇਹ ਬਰੀਕ ਕਾਰਵਾਈ ਪਾਉਂਦੇ ਨੇ ਐਂ ਜੀ ਬਰੀਕ ਜੀ ਰੱਖ ਕੇ ਛੁੱਟਦੇ ਨੇ ਤਾਂ ਕਿ ਤੁਸੀਂ ਆਖੋ ਯਾਰ ਐਡਾ ਮਾੜਾ ਵੀ ਬੰਦਾ ਨਹੀਂ 5% ਝੂਠ ਮਾਰਿਆ 5% ਦਾ ਹੀ ਮਾਰਿਆ ਕੋਈ ਬਹੁਤਾ ਵੱਡਾ ਤਾਂ ਨਹੀਂ ਮਾਰਿਆ ਇਹ ਬਸ ਇੰਜ ਹੀ ਆਪਣੀ ਨਿੱਗੀ ਨਿੱਗੀ ਥੱਲੇ ਥੱਲੇ ਨਿਤਰੀ ਨਿਤਰੀ ਸਾਡਾ ਵੀਰ ਜਿਹੜਾ ਨਾ ਉਹ ਕਾਰਵਾਈ ਕਰਦਾ ਤੇ ਉਹਨਾਂ ਨੇ ਕਿਹਾ ਇੱਥੇ ਨਹੀਂ ਰੋਕਿਆ ਉਹਨਾਂ ਨੇ ਕਿਹਾ ਆਣ ਆਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੈੜਾ ਹੈ ਨਾ ਪੰਜਾਬੀ ਚ ਫਰਕ ਨੂੰ ਪੈੜਾ ਆਖਦੇ ਨੇ ਇਹ ਪੈੜਾ ਮਿਲਣ ਦੀ ਬਜਾਏ ਖੁੱਲ ਜਾਣਾ ਹੋਰ ਇਹ ਬਹੁਤ ਜ਼ਿਆਦਾ ਫਰਕ ਹੋ ਜਾਣਾ ਹੈ। ਅੱਛਾ ਜੀ ਪੰਜਾਬ ਦੀ ਦੋ ਬੜੀ ਖੁਫੀਆ ਏਜੰਸੀਆਂ ਇਹਨਾਂ ਦਾ ਏਜੰਸੀਆਂ ਨਾਲ ਵੀ ਪੂਰਾ ਰਾਬਤਾ ਸੀ ਅੰਦਰ ਦੀ ਗੱਲ ਪੂਰੀ ਦੱਸਦੇ ਸਨ ਜਿਹੜੀ ਮੁੱਠ ਹੁੰਦੀ ਸੀ ਨਾ ਰੱਖੀ ਹੋਣਾ ਉਹ ਖੋਲਦੇ ਸਨ ਵੜੈਸ਼ ਸਾਹਿਬ ਅੱਗੇ। ਉਹਨਾਂ ਆਖਿਆ ਏਜੰਸੀਆਂ ਪੂਰੇ ਵਸੂਕ ਨਾਲ। ਇਹ ਵਸੂਕ ਹੁੰਦਾ ਪੂਰੇ ਤਮਤਮਾਨ ਨਾਲ ਆਖਣਾ ਮੁੱਛਾਂ ਨੂੰ ਤਾ ਦੇ ਕੇ ਪੂਰੇ ਸ਼ਬਸ਼ਬਾਦ ਨਾਲ ਗੱਲ ਕਰਨਾ ਪੂਰੇ ਪੂਰੇ ਇਤਮਾਦ ਨਾਲ ਗੱਲ ਕਰਨਾ। ਜਿਵੇਂ ਚੰਗੀ ਫਸਲ ਹੋਈ ਹੋਵੇ ਨਾ ਤੇ ਜ਼ਿਮੀਂਦਾਰ ਵੇਖ ਕੇ ਆਂਦਾ ਵੀ ਇਥੋਂ ਨਿਕਲੇਗੀ ਪਜਾਮਾਨ। ਉਹ ਜਿਹਨਾਂ ਨੇ حساب ਲਾ ਕੇ ਨਾ ਫਸਲ ਦੇ ਉੱਤੇ ਵੋਟਾਂ ਦੀ ਦੇ ਉੱਤੇ ਗੱਲ ਕੀਤੀ ਕਿ ਨੂਨ ਲੀਗ ਦੀ ਜਿਹੜੀ ਹੈ ਨਾ ਲੀਡ ਕਰ ਰਹੀ ਹੈ ਇਸ ਵੇਲੇ ਤਾਂ ਹਮ ਉਹਦੇ ਵਿੱਚ ਲੇਕਿਨ ਇੱਕ ਮਸਲਾ ਹੈ ਕਿ ਏਜੰਸੀ ਨੇ ਇਹ ਕਿਹਾ ਹੈ ਕਿ ਇੱਕ ਏਜੰਸੀ ਨੇ ਕਿਹਾ ਗਿਆ ਸੀ ਇਸ ਗੱਲ ਦੇ ਉੱਤੇ ਇਤਫਾਕ ਨਹੀਂ ਕਰਦੇ ਕਿ ਨੂਨ ਲੀਗ ਲੀਡ ਕਰ ਰਹੀ ਹੈ ਨਾਰਾਜ਼ ਵੋਟਰ ਜੇ ਬਾਹਰ ਆ ਗਿਆ ਤਾਂ ਫਿਰ ਵੋਟਰ ਇਹ ਬਾਰ-ਬਾਰ ਦੱਸ ਰਹੇ ਸਨ ਵੀ ਬਾਹਰ ਆਉਣਾ ਕੋਈ ਨਹੀਂ ਅੱਛਾ ਜੀ ਉਹਨਾਂ ਨੇ ਕਿਹਾ ਜੀ ਕਿ ਨੂਨੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੁਖਤਦਰਾ ਜਿਹੜੀ ਹੈ ਨਾ ਉਹ ਬੜੇ ਖਲੂਸ ਨਾਲ ਹਮਾਇਤ ਕਰ ਰਹੀ ਹੈ ਔਰ ਉਹ ਇਸ ਸਮਝ ਰਹੀ ਕਿ ਅਗਲੇ 10 ਸਾਲ ਮੈਂ ਤੇ ਮੇਰਾ ਦਿਲਬਰ ਜਾਨੀ ਵਿੱਚ ਸੁਣੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਰੇ ਮਤਲਬ ਮੁਖਤਦਰਾ ਵੱਡੀ 부ਆ ਹੋਏਗੀ ਨਾਲ ਨਵਾਸ਼ਨੀ ਸਾਹਿਬ ਹੋਣਗੇ ਤੇ ਵੜੈਜ ਸਾਹਿਬ ਹੋਣਗੇ ਤੇ ਵੜੈਚ ਸਾਹਿਬ ਦੀ ਚਮਚੀ ਜਿਹੜੀ ਹੈ ਉਹ ਮਠਿਆ ਚੌਲਾਂ ਚ ਹੋਏਗੀ ਤੇ ਮਠਿਆ ਚੌਲਾਂ ਦੇ ਉੱਤੇ ਨਵਾਜ਼ੀ ਸਾਹਿਬ ਬੋਟੀਆਂ ਵੀ ਪਾਉਣਗੇ ਤੇ ਨਾਲ ਉਹਦੇ ਵਿੱਚ ਜਨਾਬ ਵਾਲਾ ਕਾਜੂ ਤੇ ਬਦਾਮ ਵੀ ਪਾਉਣਗੇ ਤੇ ਫਿਰ ਅਠੋ ਅਠ ਹੋਏਗਾ ਜਨਾਬ ਰੱਬ ਨੇ ਦਿੱਤਾ ਰੰਬਾ ਤੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਹੀ ਰੰਬਾ ਰੱਖ ਉਹ ਗੱਲ ਹੋਏਗੀ ਤੇ ਉਹਨਾਂ ਨੇ ਕਿਹਾ 10 ਸਾਲ ਮਿਲਗੇ ਤੇ ਮੁਇਸ਼ਤ ਵੀ ਠੀਕ ਕਰ ਦੇਣੀ ਹੈ ਤੇ ਤਰੀਕੇ ਇਨਸਾਫ ਦਾ ਜਾਦੂ ਵੀ ਜਿਹੜਾ ਉਹ ਤੋੜ ਦੇਣਾ ਇਹਨਾਂ ਨੂੰ ਕਿਸੇ ਦੱਸਿਆ ਵੀ ਜਨਾਬ ਤੁਸੀਂ ਜਿਹੜਾ ਨਾ ਕੰਮ ਵਧਾ ਦਿੱਤਾ ਬਹੁਤਾ ਕੰਮ ਪਾ ਦਿੱਤਾ ਥੋੜਾ ਜਿਹਾ ਘੱਟ ਕਰੋ ਫਿਰ ਉਹਨਾਂ ਆਖਿਆ ਕਿ ਜਿਹੜੀ ਤਜ਼ਾਦਿਸਤਾਨ ਮਤਲਬ ਪਾਕਿਸਤਾਨ ਹੋਣਾ ਤਜ਼ਾਦਿਸਤਾਨ ਆਖਿਆ ਤਜ਼ਾਦਿਸਤਾਨ ਦੀ ਜਿਹੜੀ ਖੁਸ਼ਹਾਲੀ ਹੈ ਉਹਦੇ ਵਾਸਤੇ ਦੋ ਮਾਡਲ ਨੇ ਉਹ ਪਿਛਲੀ ਵਾਰੀ ਗੱਲ ذرا میٹھا زیادہ ਪਾਤਾ ਸੀ ਉਹ ਆਂਦੇ ਨਾ ਪੱਤੀ ਪੱਤੀ ਠੋਕ ਕੇ ਤੇ میٹھا ਰੋਕ ਕੇ ਇਹਨਾਂ ਕੋਲੋਂ ਪੱਤੀ ਵੀ ਠੋਕ ਕੇ ਪਾਈ ਗਈ ਤੇ میٹھا ਵੀ ਠੋਕ ਕੇ ਪਾਇਆ ਗਿਆ جناب ਬੜਾਈ ਸਾਹਿਬ ਕੋ ਇਹਨਾਂ ਫਿਰ ਉਹਨੂੰ ਕੰਟਰੋਲ ਕੀਤਾ ਐ ਨਾ ਆਖਿਆ ਜੀ ਦੋ ਮਾਡਲ ਨੇ ਇੱਕ ਮਾਡਲ ਤੇ ਇਹ ਹੈ ਕਿ ਸਿਆਸੀ ਅਗਰ ਮਾਡਲ ਆ ਗਿਆ ਨਾ ਨਵਾਸ਼ੀਬ ਸਾਹਿਬ ਆਲਾ ਤਾਂ ਦਸਾਂ ਸਾਲਾਂ ਚ ਮੁਲਕ ਦੀ ਤਰੱਕੀ ਮੁਲਕ ਜਿਹੜਾ ਸਵਿਟਜ਼ਰਲੈਂਡ ਬਣ ਜੇਗਾ ਤੇ ਦੂਜਾ ਮਾਡਲ ਜੇ ਮੁਖਤਦਰਾ ਆ ਗਈ ਵੱਡੀ ਪੂਆ ਤੇ ਤਿੰਨਾਂ ਸਾਲਾਂ ਚ ਦੁੱਧ ਤੇ ਸ਼ਹਿਦ ਦੀਆਂ ਨਹਿਰਾਂ ਤੇ ਇੱਥੇ ਤੇ ਲਹਿਰਾਂ ਬਹਿਰਾ ਹੋ ਜਾਣੀਆਂ ਨੇ ਜਿਹੜੇ ਪਿੰਡਾਂ ਦੇ ਜ਼ਿੰਮੇਦਾਰ ਨੇ ਉਹਨਾਂ ਨੂੰ ਡੀਜ਼ਲ ਫਿਰ ਫ੍ਰੀ ਮਿਲਣਾ ਹੈ ਜਿਹੜਾ ਨਾ ਜਨਾਬ ਮুলਕੀ ਟ੍ਰੇਨ ਜਿਹੜੀ ਨਾ ਉਹ ਫੁੱਲ ਸਪੀਡ ਨਾਲ ਦੌੜੇਗੀ ਬਲਕਿ ਬੁਲੇਟ ਟ੍ਰੇਨ ਬਣ ਜਾਏਗੀ ਅੱਛਾ ਫਿਰ ਨਾ ਨੇ ਅਗਲੀ ਬਿਆਨ ਇਹ ਦਿੱਤਾ ਕਿ ਮਹਿਕਮਾ ਮੌਸਮੀਅਤ ਪਰ ਇਤਮਾਦ ਮਕਮਲ ਮੌਸਮੀਅਤ ਪਤਾਈਏ ਤੌਰ ਵੱਡੀ ਪੂਆ ਨੂੰ ਆਖਰੇ ਸੰ ਤੇ ਇنتਖਾਬਾਤ ਦੇ ਨਤੀਜ ਜਿਹੋ ਜਿਹੇ ਵੀ ਆਏ ਉਹ ਸਾਂਭ ਲੈਣਗੇ ਜਿੰਨਾ ਵੀ ਵੋਟ ਪਾ ਲਿਆ ਇਹ ਪਈ ਜੇ ਸਾਂਭੇ ਸੱਤਾ ਦੇਣਾ ਤੋਂ ਪੈਂਚਰ ਲਾ ਰਹੇ ਨੇ ਇੱਕ ਮੋਰੀ ਬੰਦ ਕਰਦੇ ਨੇ ਦੂਜੀ ਚੋਹਾ ਆਉਣੀ ਸ਼ੁਰੂ ਹੋ ਜਾਂਦੀ ਹੈ ਇਹ ਪਈ ਜੇ ਪੈਂਚਰ ਸਾਰੇ ਅੱਛਾ ਜੀ ਮਾਲੂਮ ਨਹੀਂ ਹਤਮੀ ਤੌਰ ਤੇ ਕੀ ਹੋਏਗਾ ਮਗਰ ਫਿਲਹਾਲ ਇਹ ਤੈ ਹੋਇਆ ਕਿ ਬੰਗਲਾਦੇਸ਼ ਵਾਲਾ ਮਾਡਲ ਇਸਤੇਮਾਲ ਕੀਤਾ ਜਾਏਗਾ ਹਾਲਾਂਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਬੰਗਲਾਦੇਸ਼ ਚ ਜ਼ਰੂਰ ਹਿੰਦੁਸਤਾਨ ਦੀ ਵੀ ਸਪੋਰਟ ਹੈ ਉੱਥੋਂ ਦੀ ਫੌਜ ਦੀ ਵੀ ਸਪੋਰਟ ਹੈ ਪਰ ਉਹ ਪੋਲਿਟੀਕਲ ਪਾਰਟੀ ਜਿਹੜੀ ਉਹਦੀ ਆਪਣੀ ਸਪੋਰਟ ਵੀ ਹੈਗੀ ਭੈੜੀ ਹੈ ਜਾਂ ਚੰਗੀ ਹੈ ਪਰ ਉਹਦੀ ਸਪੋਰਟ ਹੈਗੀ ਇਨਾਂ ਤਰ੍ਹਾਂ ਥੋੜੀ ਹੈ ਵੀ ਜ਼ੰਗ ਲੱਗਾ ਹੈ ਤੇ ਕਬਾੜ ਦਾ ਮਾਲ ਹੈ ਜਿਹੜਾ ਕੋਈ ਖਰੀਦਣ ਨੂੰ ਤਿਆਰ ਕੋਈ ਨਹੀਂ ਅਜਾ ਜਿਉਣਾ ਕਿਹਾ ਜੀ ਇਲੈਕਸ਼ਨ ਇਲੈਕਸ਼ਨ ਤੋਂ ਚੰਦ ਦਿਨ ਪਹਿਲੇ ਮੁਕਤਦਰਾ ਜਿਹੜੀ ਹੈ ਨਾ ਉਹ ਆ ਹਕੂਮਤ ਬਣਾਉਣਾ ਚਾਹੁੰਦੀ ਸੀ ਜਿਸ ਵੇਲੇ ਦਿੱਲੀ ਲੁੱਟੀ ਗਈ ਤੇ ਉਸ ਵੇਲੇ ਫਿਰ ਯਾਰਾਂ ਦਾ ਕੀ ਹੈ ਉਹਨਾਂ ਦੇ ਹੀ ਦੱਸਣਾ ਸੀ ਚਲੋ ਹੁਣ ਦਰਖਤ ਨਹੀਂ ਹੋ ਗਿਆ ਮੀਆਂ ਸਾਹਿਬ ਦੇ ਪਿੱਛੇ ਤੇ ਸ਼ਾਵੇਂ ਨਹੀਂ ਬਵਾਂਗੇ ਔਰ ਆਖਿਆ ਜੀ ਸਾਰਾ ਕੁਝ ਸੈੱਟ ਸੀ ਬੰਗਲਾਦੇਸ਼ ਮਾਡਲ ਵੀ ਬਣਾਉਣਾ ਸੀ ਪਰ ਆਵਾਮ ਨਹੀਂ ਮੰਨੀ ਆਵਾਮ ਨੇ ਵੋਟ ਪਾਤੀ ਹੁਣ ਅਸੀਂ ਕੀ ਕਰੀਏ ਵੇਖਿਓ ਬਿਆਨੀਆਂ ਵਾਲੇ ਕਮਿਆਰ ਕੀ ਕਰਨ ਉਹ ਪਾਸੇ ਤੇ ਹੋ ਗਏ ਅੱਗੇ ਚੱਲਨੇ ਜੀ ਅਗਲੇ ਪਾਸੇ ਉਹਨਾਂ ਨੇ ਕਿਹਾ ਕਿ ਇੱਕ ਪੁਰਾਣੀ ਸਟੇਟਮੈਂਟ ਹੋਰ ਤੁਹਾਡੇ ਸਾਹਮਣੇ ਦੱਸ ਰਹੇ ਆਂ ਵੀ ਵੋਟਰ ਸਹਿਮਿਆ ਹੋਇਆ ਉਮੀਦਵਾਰ ਉਹਨਾਂ ਦਾ ਮਜ਼ਬੂਤ ਹੈ ਜਿੰਨਾ ਉਹਨਾਂ ਹੀ ਹੈ ਇਹ ਸਾਰੀਆਂ ਗੱਲਾਂ ਅੱਜ ਸਾਡੀ ਭੈਣ ਜਿਹੜੀ ਆਸਮਾ ਸ਼ਰਾਦੀ ਸਾਹਿਬਾ ਸਰਕਾਰੀ ਹਾਜਣ ਨੇ ਅਦਬ ਨਾਲ ਨਾ ਲਿਆ ਕਰੋ ਸਾਡੀ ਭੈਣ ਦਾ ਸਰਕਾਰੀ ਸਰਕਾਰ ਨੇ ਹੱਜ ਕਰਵਾਇਆ ਹੋਇਆ ਇਸ ਤੋਂ ਇਸ ਤੋਂ ਉੱਤੇ ਜਿਹੜੀ ਗੱਲ ਕੀ ਹੋ ਸਕਦੀ ਹੈ ਤੁਹਾਨੂੰ ਪਤਾ ਹੈ ਕਿ ਸਰਕਾਰ ਜਦੋਂ ਕਿਸੇ ਬੰਦੇ ਨੂੰ ਰੱਖਦੀ ਹੈ ਤੇ ਉਹ ਕੋਈ ਉਹਦੀਆਂ ਖਸੂਸੀਅਤ ਹੁੰਦੀਆਂ ਨੇ ਤੇ ਮਾਮਲਾ ਸਾਡੀ ਭੈਣ ਹੈ ਸਾਡੀ ਲਈ ਇੱਜ਼ਤ ਦੀ ਜਗ੍ਹਾ ਤੇ ਸਰਕਾਰੀ ਆਜਨ ਸਾਹਿਬ ਨੇ ਇਹ ਕਿਹਾ ਕਿ ਫਰਖ ਹਬੀਬ ਜੈਸੇ ਕਾਰਕਨ ਜਦ ਲਾਤ ਲਕੀ ਕਾ ਹਜ਼ਾਰ ਕਰਦਨ ਜਦੋਂ ਫਰਖ ਹਬੀਬ ਵਰਗੇ ਕਾਰਕਨ ਨੂੰ ਮੋੜ ਲੈਣ ਤੇ ਉਦੋਂ ਸਮਝ ਲਓ ਕਿ ਨਜ਼ਰੀਆ ਸ਼ਜ਼ਰੀਆ ਕੋਈ ਨਹੀਂ ਉਹਦੀ ਮੌਤ ਆਪ ਮਰ ਗਿਆ ਹਾਲਾਂਕਿ ਸਾਨੂੰ ਤਾਂ ਪਤਾ ਹੀ ਸੀ ਵੀ ਜਿਓ ਜਿਹਾ ਫਰਕ ਹਬੀਬ ਉਹ ਜੀ ਬਾਜੀ ਦੋਵਾਂ ਦਾ ਕਰੂਰਾ ਰਲਦਾ ਹੈ ਇਹ ਸਰਕਾਰੀ ਹਜਣ ਨੇ ਤੇ ਉਹ ਵੀ ਕੁਝ ਨਾ ਕੁਝ ਸਰਕਾਰੀ ਹੈ ਹੀ ਸਨ ਤੇ ਇਸ ਲਈ ਇਹਨਾਂ ਜਿਓ ਜੀ ਹਰਕਤ ਉਹਨਾਂ ਕੀਤੀ ਸੀ ਉਹ ਜਿਹਾ ਤਜਰੀਆ ਇਹਨਾਂ ਕਰਨਾ ਸੀ ਫਿਰ ਨਾ ਆਖਿਆ ਕਿ ਤਰੀਕੇ ਇਨਸਾਫ ਦੀ ਮਕਬੂਲੀਅਤ ਸ਼ਹਿਰਾਂ ਦੇ ਵਿੱਚ ਤੇ ਹੈ ਗਈ ਹੈ ਪਰ ਪਿੰਡਾਂ ਵਾਲੇ ਤਾਂ ਬੇਵਕੂਫ ਨੇ ਨਾ ਪਿੰਡਾਂ ਵਾਲਿਆਂ ਨੂੰ ਕੀ ਪਤਾ ਹਾਲਾਂਕਿ ਪਿੰਡਾਂ ਵਾਲੇ ਇਹੋ ਜਿਹਾ ਗਵੇੜ ਕੱਢਦੇ ਨੇ ਕੋਈ ਤੁਹਾਨੂੰ ਪਤਾ ਨਹੀਂ ਤੁਸੀਂ ਬੈਠੇ ਹੋ ਤੁਹਾਡੇ ਦਾਦੇ ਬਾਬੇ ਦੀ ਸਾਰੀ ਹਿਸਟਰੀ ਕੱਢ ਲਿਆਉਂਦੇ ਨੇ ਤੁਹਾਡੀ ਭੂਆ ਦੀ ਧੀ ਦੇ ਸਹੁਰਿਆਂ ਦਾ ਜਿਹੜਾ ਆਗੋਂ ਜਵਾਈ ਹੁੰਦਾ ਉਸ ਜਵਾਈ ਦੇ ਪਿੰਡ ਦੇ ਵਿੱਚ ਜਿਹੜੇ ਉਹਨਾਂ ਦੀ ਇੱਕ ਭੈਣ ਵਿਆਹੀ ਹੁੰਦੀ ਉਹਦੇ ਗਾਂ ਨਾਨਕੇ ਹੁੰਦੇ ਨੇ ਉਹਨਾਂ ਨਾਲ ਤੇ ਰਿਸ਼ਤੇਦਾਰੀ ਪੰਜਾਂ ਮਿੰਟਾਂ ਵਿੱਚ ਪਿੰਡਾਂ ਵਾਲੇ ਕੱਢ ਲੈਂਦੇ ਨੇ ਪਿੰਡਾਂ ਵਾਲੇ ਬੈਠੇ ਉੱਤੇ ਹੀ ਜ਼ਮੀਨ ਤੇ ਟੀਲਾ ਲੈ ਕੇ ਤੇ ਸਾਰਾ ਹਿਸਾਬ ਕੱਢ ਲੈਂਦੇ ਨੇ ਜਿਹੜਾ ਤੁਸੀਂ ਕੈਲਕੂਲੇਟਰਾਂ ਨਾਲ ਕੱਢਦੇ ਹੋ ਹਰ ਸ਼ਹਿਰ ਪਿੰਡਾਂ ਵਾਲੇ ਉਂਗਲਾਂ ਨਾਲ ਹੀ ਗਿਣੀਆਂ ਆਉਂਦੇ ਨੇ ਉਹਨਾਂ ਦੀਆਂ ਉਂਗਲਾਂ ਹੀ ਕੈਲਕੂਲੇਟਰ ਨੇ ਤੇ ਇਹ ਨੇ ਬਾਜੀ ਸਾਡੀ ਨੇ ਹਾਜਣ ਨੇ ਸਮਝਿਆ ਹਾ ਜਿੰਮ ਜਰਾ ਥੋੜੀ ਕੰਬਲੀ ਹੈ ਨਾ ਹਾਜਣ ਨੇ ਮੀਆਂ ਸਾਹਿਬ ਨੂੰ ਇਹ ਹੀ ਦੱਸਿਆ ਕਿ ਸ਼ਹਿਰਾਂ ਦੇ ਵਿੱਚ ਤਰੀਕੇ ਇਨਸਾਫ ਜ਼ਰੂਰ ਹੈ ਪਿੰਡਾਂ ਵਾਲੇ ਕੰਬਲੇ ਨੇ ਤੂੰ ਜਾ ਉੱਥੇ ਜਿੱਤ ਜਾਣਾ ਮੀਆਂ ਸਾਹਿਬ ਰੌਲਾ ਹੀ ਕੋਈ ਨਹੀਂ ਉੱਥੇ ਕੋਈ ਲਹਿਰ ਸ਼ਹਿਰ ਨਹੀਂ ਹੋਗੀ ਕਲੀਨ ਸਵੀਪ ਕਰੋਗੇ ਪਿੰਡਾਈ ਤੂੰ ਜਾ ਅੱਛਾ ਅੱਗੋਂ ਜਿਹੜੇ ਇਰਫਾਨ ਸਦੀਕੀ ਸਾਹਿਬ ਸੰ ਬਜ਼ੁਰਗ ਸਨ ਵੱਡਾ ਕਮਿਹਾਰ ਬਿਆਨੀ ਵਾਲਾ ਜਿਹਦਾ ਪੂਰਾ ਤਜਰਵੇਕਾਰ ਇਹ ਦੂਜਿਆਂ ਦੇ ਕੋਈ ਪਿਆਲਾ ਸ਼ਿਆਲਾ ਮੰਗਣ ਵਾਲਾ ਬਣਾਉਣਾ ਸੀ ਨਾ ਇਹ ਉਹ ਸਨ ਜਿਹਨਾਂ ਦੇਗ ਬਣਾਉਣੀ ਸੀ ਇਹ ਬੋਟੀਆਂ ਜ਼ਰਾ ਬਹੁਤੀਆਂ ਖਾਂਦੇ ਆਦੀ ਨੇ ਇਰਫਾਨ ਸਦੀਕੀ ਸਾਹਿਬ ਇਹਨਾਂ ਵੱਡੀ ਦੇਗ ਮਿੱਟੀ ਦੀ ਬਣਾਉਣੀ ਸੀ ਇਹ ਵੱਡੇ ਕਮਿਹਾਰ ਸੰ ਬਿਆਨੀ ਵਾਲੇ ਇਹਨਾਂ ਕਿਹਾ ਪੀਟੀਆਈ ਕੋਈ ਸਿਆਸੀ ਜਮਾਤ ਹੀ ਨਹੀਂ ਇਹ ਤੇ ਇੱਕ ਗੋਲ ਹੈ ਇੱਕ ਝੁੰਡ ਹੈ ਇੱਕ 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 ਇਜੜ ਹੈ ਇਕੱਠਾ ਹੋ ਕੇ ਫਿਰੰਡਿਆ ਇਹ ਸਿਆਸੀ ਜਮਾਤ ਥੋੜੀ ਹੈ ਸਿਆਸੀ ਜਮਾਤ ਤੱਕ ਕੰਪਰੋਮਾਈਜ਼ ਕਰਦੀਆਂ ਨੇ ਪਿੱਛੇ ਹੁੰਦੀਆਂ ਨੇ ਅੱਗੇ ਹੁੰਦੀਆਂ ਨੇ ਲੈ ਦੇ ਕਰਦੀਆਂ ਨੇ ਲੈਣ ਦੇਣ ਕਰਦੀਆਂ ਨੇ ਕਿਤੇ ਕੋਈ ਆਪਣੀ ਬਣਾਉਂਦੇ ਨੇ ਕਿਤੇ ਤੁਹਾਡੀ ਬਣਾਉਂਦੇ ਨੇ ਔਰ ਖਾਨ ਸਾਹਿਬ ਤੇ ਜੁਆਇੰਟ ਸੈਸ਼ਨ ਚ ਕਿਸੇ ਨਾਲ ਹੱਥ ਨਹੀਂ ਸੀ ਬਣਾਉਂਦੇ ਨਾ ਇੰਜ ਨੇ ਖਾਨ ਸਾਹਿਬ ਤੇ ਉੱਥੇ ਜਿਹੜਾ ਪੀ ਆਨੰਦਾਸੀ ਉਹਦਾਂ ਵੀ ਹੱਥ ਬਣਾਉਂਦੇ ਬਸ ਚੋਰਾ ਨਾ ਨਹੀਂ ਸੀ ਬਣਾਉਂਦੇ ਖਾਨ ਸਾਹਿਬ ਦੇ ਹੱਥ 'ਚ ਕੰਗੂਠੀ ਮਹਿੰਗੀ ਸੀ ਉਹਨਾਂ ਨੂੰ ਸੀ ਲਾਹ ਨਾ ਲਵੋ ਤੁਸੀਂ ਕਿਤੇ ਰੋਲਾ ਇਹ ਸੀ ਅਸਲ ਦੇ ਵਿੱਚ ਅੱਛਾ ਜੀ ਉਹਨਾਂ ਕਹਿੰਿਆ ਜੀ ਨਵਾਜ਼ ਸ਼ਰੀਫ ਕਦੀ ਵੀ ਆਰਟੀਐਸ ਦਾ ਗਲ ਦਬੋਚ ਕੇ ਨਹੀਂ ਵਜ਼ੀਰੀਆਜ਼ਮ ਬਣਿਆ ਨਵਾਜ਼ ਸ਼ਰੀਫ ਜਿਹੜਾ ਨਾ ਉਹ ਜੱਜਾਂ ਔਰ ਜਰਨਲਾਂ ਦੀ ਸਹੂਲਤਕਾਰੀ ਨਾਲ ਨਹੀਂ ਬਣਿਆ ਉਹ ਕਦੀ ਮੁਖਤਦਰਾ ਤੇ ਭੂਆ ਤੇ ਫਲਾਨੀ ਮਾਸੀ ਦੇ ਕਹਿਣ ਦੇ ਉੱਤੇ ਨਹੀਂ ਬਣਿਆ ਨਵਾਜ਼ ਸ਼ਰੀਫ ਆਵਾਮੀ ਹਮਾਇਤ ਤੇ ਬੜਦਾ ਤੇ ਹੁਣ ਵੀ ਬੜੇਗਾ ਅੱਛਾ ਉਹਨਾਂ ਫਿਰ ਕਿਹਾ ਕਿ ਅਗਲੀ ਗੱਲ ਉਹਨਾਂ ਕਹੀ ਜਦੋਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਨੌਜਵਾਨ ਨਾਲ ਨੇ ਇਮਰਾਨ ਖਾਨ ਦੇ ਉਹਨਾਂ ਕਿਹਾ ਜਿਹੜੇ 18 ਤੋਂ 20 ਸਾਲ ਦੇ ਨੌਜਵਾਨ ਨੇ ਨਾ ਉਹਨਾਂ 'ਚ ਜੋਸ਼ ਜਜ਼ਬਾ ਬਹੁਤ ਜ਼ਿਆਦਾ ਪਰ ਵੋਟ ਸ਼ੋਰਟ ਨਹੀਂ ਪਾਉਂਦੇ ਜਿਹੜਾ ਗੈਲਪ ਉਹ ਗੈਲਪ ਵਾਲਿਆਂ ਦੇ ਵੀ ਕਿਸੇ ਦਿਨ ਗੱਲ ਕਰਾਂਗੇ ਉਹ ਵੀ ਇਹੀ ਬਿਆਨੀਆਂ ਵਾਲਾ ਹੀ ਕਮਿਆਰ ਹੈ ਉਹ ਵੀ ਭਾਈ ਸਾਹਿਬ ਜਿਹੜੇ ਨਾ ਉਹ ਵੀ ਸਿਆਸੀ ਸ਼ੋਭਦਾਬਾਜ਼ੀ ਨੇ ਉਹ ਵੀ ਨੂਨ ਲੀਗ ਦੇ ਹੀ متاثرین ਦੇ ਵਿੱਚੋਂ ਨੇ ਉਹ ਵੀ ਇਹਨਾਂ ਦੀ ਮਰਜ਼ੀ ਦਾ ਘੜ ਕੇ ਇਹਨਾਂ ਨੂੰ ਘੜਾ ਬਣਾ ਕੇ ਦਿੰਦੇ ਨੇ ਉਹਨਾਂ ਨੇ ਕਿਹਾ ਜੀ ਗੈਲਪ ਸਰਵੇ ਦੀ ਰਿਪੋਰਟ ਦੇ ਮੁਤਾਬਕ ਜਿਹੜੇ 18 ਤੋਂ 24 ਸਾਲ ਦੇ ਨੌਜਵਾਨ ਨੇ ਨਾ ਉਹਨਾਂ ਨੇ ਸਿਰਫ 35% ਵੋਟ ਤਰੀਕੇ ਇਨਸਾਫ ਨੂੰ ਪਾਇਆ ਤੇ 65% ਵੋਟ ਜਿਹੜਾ ਉਹਨਾਂ ਦੂਸਰਾ ਜਮਾਤਿਆਂ ਨੂੰ ਪਾਇਆ ਐ ਹੀ ਇਹਨਾਂ ਨੇ ਮੁੱਦਾ ਜਿਹੜਾ ਹੈ ਨਾ ਉਹ ਵੇਚਿਆ ਜਨਾਬ ਮੀਆਂ ਨਵਾਸ਼ੀਫ ਸਾਹਿਬ ਨੂੰ ਤੇ ਉਹਨਾਂ ਨੂੰ ਫਿਰ ਆਖਿਆ ਕਿ Imran Khan 10 ਜਨਮ ਵੀ ਲੈ ਲੈਣਾ 10 ਵਾਰੀ ਵੀ ਜੰਮ ਪਏ Imran Khan ਤੇ ਉਹ ਸਿਆਸਤਦਾਨ ਨਹੀਂ ਬਣ ਸਕਦਾ ਐ ਜਨਾਬ ਤਿੰਨ ਇਡੀਅਟਸ ਹਨ ਤਿੰਨ ਰੰਗੀਲੇ ਇਹਨਾਂ ਐ ਸਾਰਾ ਮੁੱਦਾ ਮੀਆਂ ਸਾਹਿਬ ਨੂੰ ਵੇਚਿਆ ਮੀਆਂ ਸਾਹਿਬ ਨੂੰ ਉਥੋਂ ਕਾਇਲ ਕੀਤਾ ਦੱਸਿਆ ਕਿ ਵੱਡੀ ਪੂਆ ਕੰਮ ਪਾ ਦੇਗੀ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਪੂਆਨੇ ਵੀ ਆਪਣਾ ਕੰਮ ਕਰ ਲਿਆ ਇਹਨਾਂ ਵੀ ਬਿਆਨਾਂ ਬਿਆਨੀਆਂ ਝੂਠਾ ਸੱਚਾ ਵੇਚਿਆ ਔਰ ਉਸ ਤੋਂ ਬਾਅਦ ਜਨਾਬੇ ਵਾਲਾ ਨਵਾਜ਼ ਸ਼ਿਵਜਾਬ ਨੇ ਉਹਨਾਂ ਨੇ ਆ ਕੇ ਆਖਿਆ ਵੀ ਤੁਸੀਂ ਹੁਣ ਇਹ ਕੰਮ ਕਰਨਾ ਨਵਾਜ਼ ਸ਼ਿਵ ਸਾਹਿਬ ਨੇ ਉਹੀ ਉਹੀ ਕੰਮ ਕੀਤਾ ਬੜੇ ਉਹਨਾਂ ਨੇ ਸੰਤਰੇ ਰੰਗ ਦੇ ਕੱਪੜੇ ਪਾਏ ਹਰ ਥਾਂ ਤੇ ਵਾਜੇ ਵਜਾਉਣ ਵਾਲਿਆਂ ਦੇ ਕੱਪੜੇ ਤੇ ਉੱਤੇ ਬਨਾਰਸੀ ਪੱਗਾਂ ਤੇ ਗੱਲਾਂ ਤੇ ਬੁੱਲੀਆਂ ਲਾਲ ਕੀਤੀਆਂ ਪਤਾ ਨਹੀਂ ਕਿਹੜਾ ਮੇਕਅਪ ਲਾਉਂਦੇ ਹੋਣਗੇ ਹੁਣ ਦੇ ਦੇ ਤੇ ਬਾਜੀ ਸਾਡੀ ਕੋਲੋਂ ਲਿਆ ਫਿਰ ਤੇ ਕੋ ਬਾਹਰ ਦਾ ਆਉਣਾ ਹੈ ਤੇ ਜੇ ਕਿਸੇ ਹੋਰ ਨੇ ਜਵੇਲ ਲਤੀਫ ਵਰਗੇ ਭਰਾ ਨੇ ਦਿੱਤਾ ਤਾਂ ਉਹ ਇਥੋਂ ਅਨਾਰਕਲੀ ਵਾਲਾ ਹੀ ਹੋਣਾ ਸਾਦਾ ਦੇਸੀ ਮਾਲ ਹੀ ਬਹਰਲ ਬੁੱਲੀਆਂ ਤੇ ਗੱਲਾਂ ਜਿਹੜੀਆਂ ਨਾ ਲਾਲੀਆਂ ਕੀਤੀਆਂ ਉਹਨਾਂ ਦੇ ਉੱਤੇ ਤੇ ਫੈਸਲਾਬਾਦ ਜਾ ਕੇ ਉਹਨਾਂ ਨੇ ਬੜਾ ਮੁਸਕਰਾਹਟ ਦੇ ਨਾਲ ਦੱਸਿਆ ਵੀ ਉੱਤੇ ਮੋਟਰਵੇ ਖੱਬੇ ਸੱਜੇ ਉੱਤੇ ਥੱਲੇ ਤੋਂ ਮੈਂ ਵਿਚੋਂ ਦੀ ਵੀ ਕੱਢ ਦੇਣੀ ਹੈ ਆਵਾਮ ਉੱਥੇ ਇਕੱਠੀ ਹੋ ਗਈ ਗੱਲ ਤੁਹਾਨੂੰ ਪੂਰੀ ਦੱਸ ਦਿੱਤੀ ਹੈ ਤੇ ਗੁਜਰਾਵਾਲੇ ਦੇ ਵਿੱਚ ਜਾ ਕੇ డు ਯੂ ਲਵ ਮੀ ਆਈ ਲਵ ਯੂ ਉਹ ਸਾਰਾ ਕੁਝ ਕੀਤਾ ਤੇ ਆਵਾਮ ਨੇ ਉੰਜ ਹੀ ਕੀਤਾ ਗੁਜਰਾਣ ਵਾਲੇ ਆਲਿਆਂ ਨੇ ਤੇ ਖਾਸ ਬਰੀਆਨੀ ਖਾ ਕੇ ਉੰਜ ਹੀ ਕੀਤਾ ਜਿਵੇਂ ਕੁਝ ਲੋਕਾਂ ਦੀਆਂ ਗਰਲਫ੍ਰੈਂਡਾਂ ਬੈਲੈਂਸ ਕਿਸੇ ਕੋਲ ਨਾ ਲੋਡ ਕਰਾਉਂਦੀਆਂ ਨੇ ਤੇ ਫਿਰ ਕਾਲਾਂ ਕਿਸੇ ਹੋਰ ਨਾਲ ਮਿਲਾਉਂਦੀਆਂ ਨੇ ਤੇ ਨਾਈਟ ਪੈਕੇਜ ਕਿਸੇ ਹੋਰ ਨਾਲ ਲੱਗਦੇ ਨੇ ਫੋਨ ਦੇ ਜਿਹੜੇ ਟੈਲੀਨੋਰ ਦੇ ਤੇ ਜੈਜ਼ ਦੇ ਤੇ ਦੂਸਰੀਆਂ ਕੰਪਨੀਆਂ ਦੇ ਹੁੰਦੇ ਨੇ ਨਵਾਜ਼ ਸ਼ਰੀਫ ਸਾਹਿਬ ਨਾਲ ਉਹੀ ਕੰਮ ਪੈ ਗਿਆ ਹੁਣ ਨਵਾਜ਼ ਸ਼ਰੀਫ ਸਾਹਿਬ ਇਹਨਾਂ ਤਿੰਨ ਈਡੀਅਟਸ ਨੂੰ ਲੱਭਦੇ ਫਿਰਦੇ ਨੇ ਕਿ ਆਓ ਭਾਈ ਮੈਨੂੰ ਦੱਸੋ ਮੈਂ ਕਿਹੜੇ ਪਾਸੇ ਜਾਂ ਤਾਂ ਮੈਂ ਮੰਜੀ ਕਿੱਥੇ ਡਾਂ ਅੱਜ ਲਈ ਇੰਨਾ ਹੀ ਇਜਾਜ਼ਤ ਦਿਓ ਉਸ ਤੋਂ ਪਹਿਲਾਂ ਵੇਖਦੇ ਹੋ ਦੰਦ ਕੱਢਦੇ ਹੋ ਇਹ ਚੈਨਲ ਵੀ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਲੋਕਾਂ ਤੱਕ ਵੀ ਆਪਣੇ ਸਿਰਫ ਇਹਨੂੰ ਵੇਖ ਕੇ ਦੰਦ ਹੀ ਨਹੀਂ ਕੱਢਣਾ ਲਾਅ ਫਿਰ ਰੱਬ ਰੱਖਾ